ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਅਵਤਾਰ ਹਟੂਰ ਅਵਤਾਰ ਹਟੂਰ YouTube ਚੈਨਲ ਤੇ ਤੁਹਾਡਾ ਸਵਾਗਤ ਕਰਦਾ ਦੋਸਤੋ ਅੱਜ ਆਪਾਂ ਗੱਲ ਕਰਨ ਲੱਗੇ ਆਂ ਕਰੋਨਾ ਵਾਇਰਸ ਜਿਹੜਾ ਕੋਵਿਡ-19 ਦੀ ਗੱਲ ਆਪਾਂ ਕਰਨੀ ਆ ਤੁਹਾਡੇ ਨਾਲ ਵੀ ਜਿਹੜੇ ਹੁਣ ਦੇ ਇੱਥੇ ਸਿਚੁਏਸ਼ਨ ਬਣੀ ਵੀ ਆ ਹਾਲਾਤ ਆ ਜਿਹੜੇ ਰਮਾਨੀਆਂ ਦੇ ਵਿੱਚ ਤਾਂ ਕੋਵਿਡ ਨੂੰ ਲੈ ਕੇ ਕਿੱਦਾਂ ਦੇ ਆਂ ਜਿਹੜੇ ਹਾਲਾਤ ਆ ਹੁਣ ਕੋਵਿਡ ਕਰਕੇ ਥੋੜੇ ਜਿਨੇ ਸਹੀ ਨਹੀਂ ਗਏ ਸਾਰਿਆਂ ਨੂੰ ਸਾਵਧਾਨੀਆਂ ਵਰਤਣ ਦੀ ਲੋੜ ਆ ਜਿਹੜੇ ਰਮਾਨੀਆ ਦੇ ਵਿੱਚ ਖਾਸ ਕਰਕੇ ਕੰਮ ਕਰ ਰਹੇ ਆ ਤੁਹਾਡੀ ਜਾਣਕਾਰੀ ਲਈ ਦੱਸਦਾ ਤੇ ਅਸੀਂ ਵੀ ਇੱਕ ਹਫਤੇ ਤੋਂ ਕਵਾਰਨਟਾਈਨ ਕੀਤੇ ਹੋਏ ਆ ਸਾਡੀ ਕੰਪਨੀ ਦੇ ਵਿੱਚ ਵੀ ਜਿਹੜੇ ਆਪਣੇ ਇੰਡੀਅਨ ਮੁੰਡੇ ਆ ਨਾ ਉਹਨਾਂ ਨੂੰ ਕੋਵਿਡ ਪਲੱਸ ਪਾਏ ਗਏ ਆ ਸਾਡੇ ਵੀ ਟੈਸਟ ਹੋਏ ਸੀ ਤੇ ਮੇਰੇ ਨਾਲ ਦਾ ਬੈੱਡ ਵਾਲਾ ਵੀ ਜਾਂ ਹੋਰ ਮੁੰਡੇ ਵੀ ਸਾਡੇ ਨਾਲ ਦੇ ਹਨ ਕੋਬਿਡ ਪੌਸਟਪਾਇਆ ਉਹ ਚਲੋ ਅਲੱਗ ਰੱਖੇ ਪਿਆ ਸਿਟੀ ਦੇ ਵਿੱਚ ਤੇ ਕੰਪਨੀ ਸਾਰਾ ਉਹਨਾਂ ਦੀ ਦੇਖਰੇਖਾ ਜੋ ਕਰ ਰਹੀ ਆ ਤੇ ਸਾਨੂੰ ਕੋ ਰੂਟੀਨ ਕੀਤਾ ਸਾਨੂੰ ਵੀ ਖਾਣ ਪੀਣ ਦਾ ਸਮਾਨ ਸਾਰਾ ਉਹ ਮੁਹਈਆ ਕਰ ਰਹੇ ਹਨ ਤੇ ਇਹਦੇ ਵਿੱਚ ਹੁਣ ਪਤਾ ਲੱਗਿਆ ਜਾਣਕਾਰੀ ਜਿੰਨੀ ਕਾਈ ਆ ਹੋਰ ਕੰਮ ਇੰਡੀਅਨ ਬੰਦੇ ਨੂੰ ਕਾਫੀ ਨੂੰ ਹੋਇਆ ਵਾ ਹੋਰ ਕੰਪਨੀਆਂ ਦੇ ਵਿੱਚ ਵੀ ਜਿਵੇਂ ਅਦਰ ਸਿਟੀ ਦੇ ਵਿੱਚ ਮੁੰਡੇ ਆ ਤੇ ਇਹਦੇ ਚ ਕੋਈ ਐਡੀ ਵੈਸੇ ਘਬਰਾਉਣ ਵਾਲੀ ਗੱਲ ਨਹੀਂ ਗਈ ਵੀ ਕਰੋਨਾ ਹੋ ਗਿਆ ਪਤਾ ਨਹੀਂ ਹੁਣ ਆਪਾਂ ਨੂੰ ਕੀ ਹੋ ਜੂਗਾ ਕਿਉਂਕਿ ਆਪਣਾ ਜਿਹੜਾ ਇਮਿਊਨਿਟੀ ਸਿਸਟਮ ਹੈ ਐਂਟੀਵਾਇਰਸ ਆਪਣੇ ਆਪ ਹੀ ਤਿਆਰ ਕਰ ਲੈਂਦਾ ਆਪਣੇ ਸਰੀਰ ਦੇ ਵਿੱਚ ਅਸੀਂ ਵੀ ਬਿਮਾਰ ਹੋਏ ਸੀ ਕਾਫੀ ਤਕਰੀਬਨ ਸਾਰੀ ਕੰਪਨੀ ਚ ਮੁੰਡੇ ਜਿਹੜੇ ਇੰਡੀਅਨ ਸੀਗੇ ਸਾਰੇ ਬਿਮਾਰ ਹੋ ਚੁੱਕੇ ਆ ਕਿਸੇ ਨੇ ਜਾਨੀ ਕਿ ਉਹ ਬਿਮਾਰੀ ਜਿਵੇਂ ਆਪਾਂ ਕਹਿ ਦਈਏ ਜੇ ਹੈਗੀ ਆ ਇੱਕ ਤਰ੍ਹਾਂ ਦੀ ਹਨ ਤਾਂ ਜ਼ਿਆਦਾ ਪ੍ਰਭਾਵਿਤ ਕਰ ਗਈ ਕਿਸੇ ਨੂੰ ਹੋ ਕੇ हट ਗਿਆ ਆਪਣੇ ਆਪ ਹੀ ਤਾਂ ਕਿਦਾਂ ਵੀ ਆ ਕਿਉਂਕਿ ਮੈਂ ਆਪ ਖੁਦ ਕਾਫੀ ਮਹੀਨਾ ਤਨੂੰ ਇੱਕ ਵੀਡੀਓ ਚ ਦੱਸਿਆ ਵੀ ਸੀ ਮੈਂ ਪਰੇਸ਼ਾਨ ਚੱਲ ਰਿਹਾ ਸੀ ਹਨਾ ਖੰਗ ਦੇ ਜਾਂ ਬੁਖਾਰ ਦੇ ਕਰਕੇ ਤੇ ਹੌਲੀ-ਹੌਲੀ ਸਾਡੇ ਜਿਹੜੀ ਇਹ ਪ੍ਰੋਬਲਮ ਵੱਧਦੀ ਗਈ ਤਾਂ ਇੱਕਦਮ ਮੁੰਡੇ ਜ਼ਿਆਦਾ ਕੰਡੀਸ਼ਨ ਖਰਾਬ ਹੋਈ ਤੇ ਉਹਨਾਂ ਦਾ ਜਦੋਂ ਚੈੱਕਅਪ ਹੋਇਆ ਤਾਂ ਹਸਪੀਟਲ ਦੇ ਵਿੱਚ ਹਨਾ ਤਾਂ ਉਹ ਕੋਰੋਨਾ ਪੋਜ਼ਟਿਵ ਆਏ ਗਏ ਤੇ ਫਿਰ ਕੰਪਨੀ ਨੇ ਡਿਸੀਜਨ ਲਿਆ ਵੀ ਸਾਰੇ ਸਾਰਿਆਂ ਦੀ ਟੈਸਟ ਕੀਤਾ ਜਾਵੇ ਫਿਰ ਤਕਰੀਬਨ ਸਾਰੇ ਕੰਪਨੀ ਵਰਕਰ ਦਾ ਟੈਸਟ ਹੋਇਆ ਸਾਡੀਆਂ ਵੀ ਸਾਡੇ ਵੀ ਟੈਸਟ ਹੋਏ ਤੇ ਜਿਹੜੇ ਮੁੰਡੇ ਕਰੋਨਾ ਪਲੱਸ ਪਾਏ ਗਏ ਉਹਨਾਂ ਨੂੰ ਲੱਗ ਰੱਖਿਆ ਗਿਆ ਸਾਡੇ ਤੋਂ ਸਾਨੂੰ ਅਸੀਂ ਜਿੱਥੇ ਰਹਿੰਦੇ ਸੀ ਰੈਸ ਦੇ ਵਿੱਚ ਉੱਥੇ ਕੋ ਰੋਟਿਨ ਕੀਤਾ ਗਿਆ ਤੇ ਇਹਦੇ ਬਾਰੇ ਵੀ ਆਪਾਂ ਤੁਹਾਡੇ ਨੂੰ ਸਾਰੀ ਜਾਣਕਾਰੀ ਦੇਣੀ ਆ ਵੀ ਏਡੀ ਕੋਈ ਘਬਰਾਉਣ ਵਾਲੀ ਗੱਲ ਨਹੀਂ ਜੇ ਕਿਸੇ ਮੁੰਡੇ ਨੂੰ ਹੋ ਰਹੀ ਜਾਂਦਾ ਪਹਿਲਾਂ ਵੀ ਅਪ੍ਰੈਲ ਮਈ ਦੇ ਵਿੱਚ ਵੀ ਆਪਣੇ ਇੰਡੀਅਨ ਮੁੰਡਿਆਂ ਨੂੰ ਹੋਇਆ ਸੀ ਫਿਰ ਉਸ ਤੋਂ ਬਾਅਦ ਮੇਬੀ ਮੈਟਰੋ ਕੰਪਨੀ ਚ ਕਾਫੀ ਮੁੰਡਿਆਂ ਨੂੰ ਹੋਇਆ ਸੀ ਹੋਰ ਕੰਪਨੀਆਂ ਚ ਵੀ ਹੋਇਆ ਤਗਰੀਬਨ ਕੋਈ ਐਵੇਂ ਕਹ ਦੀਏ ਪਰਮਾਤਮਾ ਦੀ ਕਿਰਪਾ ਨਾਲ ਸਾਰੇ ਤੰਦਰੁਸਤ ਵਧੀਆ 15 ਦਿਨਾਂ ਚ ਹੋ ਜਾਂਦੇ ਆ ਮੁੰਡੇ ਹੁਣ ਜਿਹੜੇ ਸਾਡੇ ਵੀ ਹਫਤੇ ਚ ਮੁੰਡੇ ਹੋਇਆ ਸੀ ਤੇ ਠੀਕ ਆ ਤਗਰੀਬਨ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੋਣ ਰਹੀ ਜੋ ਵੀ ਇਹਨਾਂ ਨੇ ਮੈਡੀਸਨ ਆਪਣੀ ਨਾਰਮਲ ਹੀ ਦਿੰਦੇ ਆ ਕਿਉਂਕਿ ਇਹਦੀ ਮੈਡੀਸਨ ਤਾਂ ਹਜੇ ਕੋਈ ਵੈਕਸੀਨ ਬਣੀ ਨਹੀਂ ਨਗੀ ਜਣਾ ਕੋਵਿਡ ਦੀ ਤੇ ਸਿਰਫ ਐਕਸਪੈਰੀਮੈਂਟ ਹੀ ਕਰ ਰਹੇ ਆ ਜਿਵੇਂ ਜਿਆਦਾ ਜਿਹਦੀ ਕੰਡੀਸ਼ਨ ਖਰਾਬ ਆ ਤਾਂ ਪਲਾਜ਼ਮਾ ਥੈਰੇਪੀ ਜਿਵੇਂ ਆ ਜਾਂਦੀ ਆ ਕੋਵਿਡ ਜਿਹਨੂੰ ਹੋ ਜਾਂਦਾ ਵਾ ਤੇ ਉਸ ਤੋਂ ਬਾਅਦ ਉਹ ਠੀਕ ਹੋ ਜਾਂਦਾ ਤਾਂ ਉਹਦਾ ਬਲੱਡ ਹਨ ਦੂਸਰੇ ਮਰੀਜ਼ ਨੂੰ ਦਿੱਤਾ ਜਿੰਨਾ ਜਾਂਦਾ ਇਹ ਆਪਣੇ ਇੰਡੀਆ ਇੰਡੀਆ ਚ ਵੀ ਹਨਾ ਏਮਸ ਹੋ ਗਿਆ ਜਿਵੇਂ ਪੀਜੀਆਈ ਹੋ ਗਿਆ ਉਹਨਾਂ ਚ ਵੀ ਇਹ ਜਿਹੜੀ ਐਕਸਪੈਰੀਮੈਂਟ ਕੀਤੇ ਗਏ ਸੀ ਅਦਰ ਕੰਟਰੀਆਂ ਚ ਵੀ ਕੀਤੇ ਗਏ ਇੱਥੇ ਵੀ ਐਕਸਪੈਰੀਮੈਂਟ ਹੀ ਕੀਤੇ ਗਏ ਹਨ ਜਿਨ੍ਹਾਂ ਦੀ ਜ਼ਿਆਦਾ ਕੰਡੀਸ਼ਨ ਖਰਾਬ ਆ ਤੇ ਉਹਨਾਂ ਨੂੰ ਹਸਪੀਟਲ ਚ ਲੈ ਕੇ ਗਏ ਹਨ ਨਹੀਂ ਤੇ ਅਗਰੀਮੈਂਟ ਜਿਨ੍ਹਾਂ ਨੂੰ ਹੋ ਗਿਆ ਉਹਨਾਂ ਨੂੰ ਅਲੱਗ ਕਿਤੇ ਸੈਪਰੇਟ ਹੋਟਲ ਦੇ ਵਿੱਚ ਉਹਨਾਂ ਨੇ ਕੋ ਰੂਟੀਨ ਕਰਕੇ ਇਕ ਜਗ੍ਹਾ ਤੇ ਤੇ ਉਹਨਾਂ ਨੂੰ ਮੈਡੀਸਨ ਮੈਡੀਸਨ ਇਹ ਹੀ ਬੁਖਾਰ ਦੀ ਜਮ ਦਿੰਦੇ ਹਨ ਹੌਲੀ ਹੌਲੀ ਨਾਰਮਲ ਇਹ ਬਿਮਾਰੀ ਆਪਣੇ ਆਪ ਹੋ ਜਾਂਦੀ ਆ ਤੇ ਜਿਆਦਾ 올ਡ ਮੈਨ ਨੂੰ ਥੋੜੀਆਂ ਜਿਹੀ ਪ੍ਰੋਬਲਮ ਹੁੰਦੀਆਂ ਜਾਂ ਫਿਰ ਬੰਦਾ ਕਬਰਾੜ ਦੇ ਨਾਲ ਕੋਈ ਓਦਾਂ ਦੀ ਪ੍ਰੋਬਲਮ ਹੋ ਜਾਂਦੀ ਹਨ ਤੇ ਬਾਕੀ ਹੁਣ ਇਹਦੇ ਚ ਗਵਰਨਮੈਂਟ ਦੀਆਂ ਕੀ ਆਪਨ ਲਈ ਆਈਆਂ ਸਾਵਧਾਨੀਆਂ ਤੁਸੀਂ ਕਿਹੜੀ ਕਿਹੜੀ ਗੱਲ ਤੋਂ ਸੁਚੇਤ ਰਹਿਣਾ ਜਾਂ ਪੇਸ਼ੈਂਟ ਦੀ ਗਿਣਤੀ ਹੁਣ ਤੱਕ ਕਿੰਨੀ ਹੋ ਗਈ ਆ ਹਨ ਤੇ ਇਹਦੇ ਨਾਲ ਜਿਹੜੇ ਇੰਡੀਆ ਤੋਂ ਮੁੰਡੇ ਆਉਣੇ ਆ ਕੀ ਬੀਜੇ ਤੇ ਪ੍ਰਭਾਵ ਪਿਆ ਜਾਂ ਨਹੀਂ ਪਿਆ ਹਨ ਉਹ ਸਾਰੀਆਂ ਗੱਲਾਂ ਅੱਜ ਪਤਾ ਤੁਹਾਡੇ ਨਾਲ ਕਰਦੇ ਆ ਤੇ ਜਿਹੜੀ ਮਰੀਜ਼ਾਂ ਦੀ ਗਿਣਤੀ ਆ ਵੀਰੇ ਹੁਣ ਰਮਾਨੀਆਂ ਦੇ ਵਿੱਚ 4.5 ਲੱਖ ਦੇ ਤਕਰੀਬ ਹੋ ਗਈ ਆ ਜਿਹੜੇ ਹੁਣ ਤੱਕ ਕਰੋਨਾ ਪਲੱਸ ਪਾਏ ਗਏ ਆ ਤੇ ਇਹਦੇ ਵਿੱਚੋਂ ਜਿਹੜੇ ਠੀਕ ਹੋਏ ਆ ਮਰੀਜ਼ ਉਹ ਤਕਰੀਬਨ 324000 ਦਾ ਅੱਜ ਦੀ ਜੇ ਆਪਾਂ ਨੈਟ ਤੇ ਸਰਚ ਕਰਦੇ ਆ ਤਾਂ ਇਹਨਾਂ ਨਿਕਲ ਰਿਹਾ ਵਾ ਕਿ ਇੰਨੇ ਪੇਸ਼ੈਂਟ ਠੀਕ ਹੋ ਗਏ ਆ ਕੁਝ ਵਿੱਚ ਹਜੇ ਪ੍ਰੋਬਲਮ ਚੱਲ ਰਹੀ ਜਾਣ ਤੇ 10712 ਕ ਇਹ ਕੱਲ ਦੀ ਡੇਟ ਤੱਕ ਆ ਵੀ ਜਿਹੜੇ ਪੇਸ਼ੈਂਟ ਆ ਦੇਥ ਹੋਇਆ ਇਥਰਮਾਨੀਆਂ ਦੇ ਵਿੱਚ ਹਨਾ ਇਸ ਬਿਮਾਰੀ ਦੇ ਕਾਰਨ ਤੇ ਹੁਣ ਜੇ ਆਪਾਂ ਅੰਕੜਿਆਂ ਦੀ ਗੱਲ ਕਰੀਏ ਵੀ ਕਿਹੜੇ ਮਹੀਨੇ ਚ ਇੱਥੇ ਕਿੰਨੇ ਪੇਸ਼ੈਂਟ ਸੀ ਤੇ ਕਿਉਂਕਿ ਸਾਡੇ ਕੰਮ ਚ ਕਦੇ ਵੀ ਕਰੋਨਾ ਨੇ ਜਾਨੀ ਕਿ ਕੋਈ ਇਦਾਂ ਨਹੀਂ ਆਇਆ ਲਾਕਡਾਊਨ ਪਹਿਲਾਂ ਹੋਇਆ ਸੀਗਾ ਮੰਨ ਲਓ ਮਾਰਚ ਅਪ੍ਰੈਲ ਚ ਤੇ ਸਾਡਾ ਥੋੜੇ ਦਿਨ ਹੀ ਕੰਮ ਬੰਦ ਰਿਹਾ ਸੀ ਤਕਰੀਬਨ ਕੰਪਨੀ ਦਾ ਕੰਮ ਨਹੀਂ ਬੰਦ ਹੋਇਆ ਇੱਥੇ ਸਿਟੀ ਚ ਆਉਣਾ ਜਾਣਾ ਜ਼ਰੂਰ ਪੈਣ ਲੱਗਿਆ ਸੀ ਉਹਨੂੰ ਪਰ ਕੰਮ ਆ ਜਿਹੜੇ ਕੰਪਨੀਆਂ ਦੇ ਉਹ ਚੱਲਦੇ ਰਏ ਸੀ ਸਾਡਾ ਕੰਮ ਚੱਲਦਾ ਰਿਹਾ ਸੀ ਥੋੜਾ ਬਿਲਡਿੰਗ ਲੈਣ ਵਾਲਿਆਂ ਦਾ ਜਿਨ੍ਹਾਂ ਦਾ ਕੰਟਰੈਕਸ਼ਨ ਦਾ ਕੰਮ ਬਿਲਡਿੰਗ ਲੈਣ ਦਾ ਸੀ ਉਹ ਕੰਮ ਨੂੰ ਜ਼ਰੂਰ ਪ੍ਰਭਾਵਿਤ ਕੀਤਾ ਸੀ ਹਨਾ ਕੋਵਿਡ ਨੇ ਤੇ ਕੰਪਨੀਆਂ ਦੇ ਵੀ ਹਾਲਾਤ ਥੋੜੇ ਜੇ ਪਿੱਛੇ ਨੂੰ ਗਏ ਹਨਾ ਗ੍ਰਾਫ ਉਹਨਾਂ ਦਾ ਡਿੱਗਿਆ ਹਨ ਤੇ ਹੁਣ ਉਹ ਮਰੀਜ਼ਾਂ ਦੀ ਜੇ ਅਪਾਂ ਗਿਣਤੀ ਦੀ ਗੱਲ ਕਰੀਏ ਤੇ ਹੁਣ ਰੋਜ਼ ਦੇ ਮਰੀਜ਼ ਆ ਵੀਰੇ ਅੱਜ ਦੇ ਦਿਨ ਕੱਲ ਦੇ ਦਿਨ ਜਿਵੇਂ ਆਇਆ ਤਾਂ 9000 ਦੇ ਕਰੀਬ ਰੋਜ਼ ਦੀ ਅਪਡੇਟ ਆ ਜਿਹੜੀ ਕੋਵਿਡ ਦੀ ਇਥੇ ਰូមਾਨੀਆ ਦੇ ਵਿੱਚ ਆ ਰਹੀ ਆ ਹਾਲਾਂਕਿ ਜਿਹੜੀ ਮਾਰਚ ਵਿੱਚ ਇਹ ਅਪਡੇਟ ਸੀਗੀ ਮਾਰਚ ਮਹੀਨੇ ਦੇ ਵਿੱਚ ਰਹੀ 14 ਤਰੀਕ ਤੋਂ ਇਹਨਾਂ ਨੂੰ 28 ਕੇਸ ਮਿਲੇ ਸੀ ਉਸ ਤੋਂ ਬਾਅਦ ਇਹ ਲਾਸਟ ਮਾਰਚ ਤੱਕ ਜਾਨਕਿ 28 ਤੋਂ 300 ਦੇ ਕਰੀਬ ਕਦੇ ਅਪਡੇਟ ਵਧ ਗਈ ਕਦੇ ਘਟ ਗਈ ਇਦਾਂ ਹੋਇਆ ਸੀ ਫਿਰ April ਦੇ ਵਿੱਚ 300 ਤੋਂ 400 ਦੇ ਕਰੀਬ ਡੇਲੀ ਪਰ ਡੇ ਜਾਨਕਿ ਆਏ ਬਰੇ ਸੀਗੀ ਫਿਰ ਮਈ ਦੇ ਵਿੱਚ 400 ਤੋਂ ਗ੍ਰਾਫ ਡਿੱਗ ਪਿਆ 200 ਆ ਗਈ ਠੀਕ ਹੈ ਲਾਸਟ ਤੇ ਉਸ ਤੋਂ ਬਾਅਦ ਜੂਨ ਦੇ ਵਿੱਚ 200 ਤੋਂ ਵੱਧ ਗਈ 350 ਤੱਕ ਜਾਨੀ ਕਿ ਐਵਰੇਜ ਪਾण्डे ਦੀ ਹੋਣ ਲੱਗੀ ਫਿਰ ਜੁਲਾਈ ਦੇ ਵਿੱਚ 350 ਤੋਂ 1200 ਦੇ ਕਰੀਬ ਚਲੀ ਗਈ ਫਿਰ ਅਗਸਤ ਦੇ ਵਿੱਚ 1200 ਤੋਂ ਫਿਰ ਡਾਊਨ ਆਈ 800 ਦੇ ਕਰੀਬ ਪੀਸ਼ੈਂਟ ਜਾਨੀ ਕਿ ਡੇਲੀ ਦੀ ਜਿਹੜੀ ਅਪਡੇਟ ਸੀਗੀ ਉਹ ਆਉਣ ਲੱਗੀ ਉਸ ਤੋਂ ਬਾਅਦ ਵੀਰੇ ਸਤੰਬਰ ਦੇ ਵਿੱਚ 800 ਤੋਂ ਵੱਧ ਕੇ 2000 ਚਲੀ ਗਈ ਐਵਰੇਜ ਜਿਹੜੀ ਫਿਰ ਅਕਤੂਬਰ ਦੇ ਵਿੱਚ 2000 ਤੋਂ 7000 ਤੱਕ ਪੇਸ਼ੈਂਟ ਆ ਜਿਹੜੇ ਚਲੇ ਗਏ ਪਰਡੇ ਹਨ ਜਾਨੀ ਕਿ ਹੁਣ ਅਕਤੂਬਰ ਤੋਂ ਜ਼ਿਆਦਾ ਜਿਹੜੀ ਕਿ ਪਰੇਸ਼ਾਨੀਆਂ ਥੋੜੀ ਵਧੀ ਆ ਹਨ ਤੇ ਫਿਰ ਨਵੰਬਰ ਦੇ ਵਿੱਚ ਜਿਵੇਂ ਅੱਜ ਦੇ ਦਿਨ ਤੱਕ ਜੇ ਆਪਾਂ ਐਵਰੇਜ ਮੰਨੀਏ ਤਾਂ 7000 ਤੋਂ ਲੈ ਕੇ 9000 ਤੱਕ ਪਾਡੇ ਐਵਰੇਜ ਜਿਹੜੀ ਮੈਕਸਿਮਮ ਜਿਹੜੀ ਐਵਰੇਜ ਇੱਥੇ ਰਹੀ ਆ ਪੇ ਕਰੋਨਾ ਦੀ ਮਰੀਜ਼ਾਂ ਦੀ ਇੰਨੀ ਜਾਨੀ ਕਿ ਰਹਿ ਚੁੱਕੀ ਆ ਹੁਣ ਦੇ ਕੇਸ ਜਿਹੜੇ 9000 ਤੱਕ ਆ ਰਹੇ ਆ ਕਿਉਂਕਿ ਉਹਦੇ ਵਿੱਚ ਹੁਣ ਅਸੀਂ ਵੀ ਪ੍ਰਭਾਵਿਤ ਹੋਏ ਆਂ ਹੋਰ ਕਈ ਕੰਪਨੀਆਂ ਚ ਵੀ ਇੰਡੀਅਨ ਬੰਦਿਆਂ ਨੂੰ ਕਾਫੀਆਂ ਨੂੰ ਹੋਇਆ ਤੇ ਰូមਾਨੀਅਨ ਨੂੰ ਵੀ ਹੋ ਰਿਹਾ ਵਾ ਕੱਲੇ ਚ ਇੰਡੀਅਨ ਨਹੀਂ ਕਿੰਨੇ ਇੰਡੀਅਨ ਦੀ ਤਾਂ ਇੰਨੀ ਹਜੇ ਗਿਣਤੀ ਵੀ ਨਹੀਂ ਇੱਥੇ ਜੇ ਆਪਾਂ ਲਾਈਏ ਤਾਂ ਸਾਰਿਆਂ ਦੀ ਹਨ ਤੇ ਬਾਕੀ ਇਹ ਚ ਘਬਰਾਉਣ ਵਾਲੀ ਕੋਈ ਗੱਲ ਨਹੀਂ ਵੀਰੇ ਇਹ ਚ ਅਪਡੇਟ ਹੈ ਜਿਹੜੀ ਠੀਕ ਹੋਈ ਜਾਂਦੇ ਹਨ ਹੁਣ ਆਪਾਂ ਗੱਲ ਕਰਦੇ ਹਾਂ ਜਿਹੜੀਆਂ ਸਿਟੀਆਂ ਤਕਰੀਬਨ ਜਿਹੜੀ ਕੁਐਸਚਨ ਇੰਟਰਨੈਸ਼ਨਲ ਸਿਟੀ ਆ ਹਨ ਕਨਸਟੈਂਟ ਆ ਉੱਥੇ ਇਹਨਾਂ ਨੇ ਆਵਾਜ਼ ਆਈ ਜਿਵੇਂ ਉਹ ਤੇ ਇਧਰਲਾ ਬੰਦਾ ਇਧਰ ਨਹੀਂ ਜਾ ਸਕਦਾ ਦੂਸਰੀ ਸਿਟੀ ਦਾ ਉਹ ਚ ਥੋ ਜਿਹੜੀ ਸਖਤੀ ਕੀਤੀ ਜਾਣਾ ਤੇ ਬਾਕੀ ਜਿਵੇਂ ਸਿਟੀਆਂ ਦੇ ਵਿੱਚ ਆ ਵੀ ਸਵੇਰੇ 5 ਵਜੇ ਤੋਂ ਪਹਿਲਾਂ ਤੇ ਰਾਤ ਨੂੰ 10 ਵਜੇ ਤੋਂ ਬਾਅਦ ਤੁਸੀਂ ਬਾਹਰ ਅੰਦਰ ਘੁੰਮ ਨਹੀਂ ਸਕਦੇ ਇਹ ਆਪਦਾ ਵੀਰੇ ਜਿਹੜੇ ਆਪਣੇ ਮੰਦੇ ਆਪ ਦਾ ਖਿਆਲ ਰੱਖਿਓ ਕਿਉਂਕਿ ਫਿਰ ਤੁਹਾਨੂੰ ਬਈ ਫੈਨ ਹੋ ਸਕਦਾ ਬਣਾ ਸਵੇਰ ਦੇ 5 ਵਜੇ ਤੋਂ ਤੇ ਰਾਤ ਦੇ 10 ਵਜੇ ਤੱਕ ਤੁਸੀਂ ਨਹੀਂ ਫੜੇ ਜਾਓ ਕਿਸੇ ਪ੍ਰਸ਼ਾਸਨ ਦੇ ਨਹੀਂ ਨਿਗਾ ਚਾਉ ਉਹ ਗੱਲ ਵੱਖਰੀ ਆ ਪਰ ਜੇ ਤੁਸੀਂ ਫੜੇ ਜਾਂਦੇ ਹੋ ਕਿਸੇ ਵੀ ਸਿਟੀ ਦੇ ਵਿੱਚ ਤਾਂ ਇਹ ਜਿਹੜੀ ਇਹਨਾਂ ਨੇ ਗਵਰਨਮੈਂਟ ਨੇ ਦਿੱਤੀ ਆ ਹਦਾਇਤਾਂ ਇੰਨਾ ਦਾ ਪਖਿਆਰ ਰੱਖਣਾ ਹਨਾ ਸਾਰੇ ਚਲੋ ਅਸੀਂ ਤਾਂ ਕੋ ਰੁਟੀਨ ਅਸੀਂ ਤਾਂ ਹੁਣ ਬਾਹਰ ਨਿਕਲਦੇ ਹੀ ਨਹੀਂਗੇ ਪਰ ਜਿਹੜੇ ਮੁੰਡੇ ਨਹੀਂ ਕੋ ਰੁਟੀਨ ਕੰਮ ਕਰਦੇ ਆ ਤੇ ਉਹ ਆਪਣਾ ਖਿਆਲ ਨੱਖਿਓ ਹਨ ਕਈ ਜਿੰਨੇ ਪਲਸਟੀ ਦੇ ਵਿੱਚ ਆ ਹੋਰ ਵੀ ਸਟੀਆਂ ਦੇ ਵਿੱਚ ਆਉਣਾ ਜਾਣਾ ਛੋਟੀਆਂ ਛੋਟੀਆਂ ਸਟੀਆਂ ਦੇ ਵਿੱਚ ਡੋਡੀ ਜਿੱਥੇ ਇਹਨਾਂ ਨੂੰ ਪੇਸ਼ੈਂਟ ਜਿਆਦਾ ਮਿਲਦੇ ਆ ਉੱਥੇ ਇਹਨਾਂ ਨੇ ਅਦਤ ਦਿੱਤੀ ਜਾਣ ਬਾਕੀ ਇਹ ਪ੍ਰੋਬਲਮ ਦੇ ਨਾਲ ਇੰਡੀਅਨ ਬੰਦੇ ਨੂੰ ਕਾਫੀ ਵੀਰੇ ਮੁਸ਼ਕਲਾਂ ਆ ਰਹੀਆਂ ਜੁਨੀਆਂ ਪੈ ਰਿਆ ਬਣ ਚਲੋ ਕੰਪਨੀਆਂ ਖਿਆਲ ਰੱਖ ਰਹੀਆਂ ਇਹ ਜੀ ਗੱਲ ਵੀ ਨਹੀਂ ਰੱਖ ਰਹੀ ਸਾਡੀ ਕੰਪਨੀ ਸਾਡੀ ਕੇਅਰ ਕਰ ਰਹੀ ਹੈ ਹੋਰ ਕੰਪਨੀਆਂ ਦੇ ਵਿੱਚ ਵੀ ਤਕਰੀਬਨ ਕੇਅਰ ਕੀਤੀ ਹੈ ਇਸ ਗੱਲ ਨਹੀਂ ਵੀ ਨਹੀਂ ਕੀਤੀ ਹਣਾ ਤੇ ਬਾਕੀ ਵੀਰੇ ਜਿਹੜਾ ਇਮੀਗ੍ਰੇਸ਼ਨ ਜੇ ਆਪਾਂ ਕਹੀਏ ਤਾਂ ਇਹਦੇ ਵਿੱਚ ਅੱਜ ਦੇ ਹਾਲਾਤਾਂ ਦੇ ਹਿਸਾਬ ਨਾਲ ਇਮੀਗ੍ਰੇਸ਼ਨ ਦਾ ਕੋਈ ਕੰਮ ਬੰਦ ਨਹੀਂ ਹੋਇਆ ਜੇ ਵੀ ਲਾਕਡਾਊਨ ਵੀ ਹੋਇਆ ਕਿਤੇ ਜਾਨੀ ਕਿ ਮੰਨ ਲਓ ਪਰ ਜੇ ਆਪਾਂ ਗੱਲ ਕਰੀਏ ਵੀ ਵੀਜ਼ਿਆਂ ਤੇ ਪ੍ਰਭਾਵ ਪਿਆ ਇੰਡੀਆ ਤੋਂ ਬੰਦੇ ਆਉਣ ਵਾਲੇ ਤੇ ਕੋਈ ਪ੍ਰਭਾਵ ਨਹੀਂ ਪਿਆ ਜਿਹੜਾ ਪਹਿਲਾਂ ਪਿਆ ਚੁੱਕਿਆ ਪਿਆ ਚੁੱਕਿਆ ਪਰ ਹੁਣ ਜਿਹੜਾ ਇਮੀਗ੍ਰੇਸ਼ਨ ਦਾ ਕੰਮ ਆ ਕਿਉਂਕਿ ਆਪਾਂ ਵੀ ਵੀਜ਼ਿਆਂ ਦਾ ਕੰਮ ਹੁਣ ਥੋੜਾ ਕਰਾਉਣ ਲੱਗੇ ਆ ਤੇ ਉਹ ਚੱਲ ਰਿਹਾ ਵਾ ਕੋਈ ਇਹ ਚ ਰਿਕਵਰਡ ਨਹੀਂ ਆਈ ਠੀਕ ਹੈ ਜਿਹੜਾ ਸਲੋ ਹੋਇਆ ਵਾ ਪਹਿਲਾਂ ਤੋਂ ਪੈਂਡਿੰਗ ਕੰਮ ਪੈ ਗਿਆ ਉਹਦੇ ਕਰਕੇ ਟਾਈਮ ਜ਼ਰੂਰ ਜ਼ਿਆਦਾ ਲੱਗ ਰਿਹਾ ਪਰ ਕੰਮ ਚੱਲ ਰਿਹਾ ਵਾ ਕੰਪਨੀਆਂ ਚ ਇਧਰ ਬੰਦੇ ਲੈਣ ਦੇਣ ਦਾ ਚੱਲ ਮਤਲਬ ਆਪਣੀ ਕੰਪਨੀ ਇੱਕ ਕੰਪਨੀ ਤੇ ਅਦਰ ਕੰਪਨੀ ਚ ਬੰਦੇ ਜਾ ਰਹੇ ਉਹ ਤਕਰੀਬਨ ਜਾ ਹੀ ਰਹੇ ਹਨ ਰੈਸਟੋਰੈਂਟ ਚ ਜ਼ਰੂਰ ਤੁਸੀਂ ਜਿਵੇਂ ਅੱਗੇ ਵੇਚਦੀ ਇਹਨਾਂ ਨੇ ਓਪਨ ਕਰਤੇ ਸੀਗੇ ਪਿਛਲੇ 3-4 ਮਹੀਨੇ ਵਧੀਆ ਸਾਰਾ ਕੁਝ ਚੱਲਣ ਵਰਗਾ ਸੀਮ ਹੋ ਗਿਆ ਸੀ ਜਿਵੇਂ ਪਹਿਲਾਂ ਸੀ ਹਾਲਾਤ ਹਨ ਤੁਸੀਂ ਬੈਠ ਕੇ 20-50 ਜਾਣੇ ਖਾ ਸਕਦੇ ਸੀ ਪਰ ਹੁਣ ਰੈਸਟੋਰੈਂਟਾਂ ਦੇ ਵਿੱਚ ਇਹਨਾਂ ਨੇ ਤਕਰੀਬਨ ਹੀ ਸਿਟੀਆਂ ਦੇ ਵਿੱਚ ਜਿਹੜੀਆਂ ਮੇਨ ਸਿਟੀਆਂ ਉੱਥੇ ਇਹਨਾਂ ਨੇ ਤੁਸੀਂ ਬੈਠ ਕੇ ਉੱਥੇ ਖਾ ਨਹੀਂ ਸਕਦੇ ਤੇ ਕੁਝ ਬੰਦੇ ਜਾਨੀ ਕਿ ਇਹਨਾਂ ਦੀਆਂ ਛੋਟਾਂ ਮੇਰੇ ਹਿਸਾਬ ਨਾਲ ਤੇ ਨਹੀਂ ਤਕਰੀਬਨ ਬੰਦ ਵਾਂਗੂ ਹੀ ਆ ਤੁਸੀਂ ਉੱਥੋਂ ਖਾਣਾ ਲੈ ਸਕਦੇ ਹੋ ਠੀਕ ਆ ਆਪਣੇ ਘਰ ਲਿਜਾ ਕੇ ਖਾ ਸਕਦੇ ਹੋ ਜਿਵੇਂ ਰੈਸਟੋਰੈਂਟਾਂ ਦੇ ਵਿੱਚ ਨਹੀਂ ਤਕਰੀਬਨ ਰੈਸਟੋਰੈਂਟ ਜਿਹੜਾ ਬਾਹਰ ਬਹਿ ਕੇ ਆਪਾਂ ਖਾ ਸਕਦੇ ਸੀ ਜਾਂ ਹਨਾ ਮੰਨ ਲਓ ਤੇ ਉਹ ਤਕਰੀਬਨ ਬੰਦ ਹੀ ਆ ਬਾਕੀ ਇੱਕ ਵੀਰੇ ਮਾਸਕ ਦੀ ਇਹਨਾਂ ਦੀਆਂ ਕਾਫੀ ਤੁਸੀਂ ਪਬਲਿਕ ਪਲੇਸ ਦੇ ਵਿੱਚ ਮਾਸਕ ਨਹੀਂ ਲਾਇਆ ਤਾਂ ਤੁਹਾਨੂੰ ਫੈਨ ਆ ਠੀਕ ਹੈ ਪ੍ਰਸ਼ਾਸਨ ਦੀ ਨੀ ਨਿਗਾ ਚੜਦੇ ਉਹ ਅਲੱਗ ਗੱਲ ਆ ਜਿਵੇਂ ਮੰਨ ਲਓ ਟ੍ਰੇਨ 'ਚ ਸਫਰ ਕਰਦੇ ਹੋ ਜੇ ਤੁਸੀਂ ਨੱਕ ਤੋਂ ਥੱਲੇ ਵੀ ਮਾਸਕ ਰੱਖਿਆ ਹੋਵੇ ਉਹਦੇ ਲਈ ਤੁਹਾਨੂੰ ਫੈਨ ਪੈ ਟ੍ਰੇਨ 'ਚ ਜਾਨੀ ਕਿ ਪਬਲਿਕ ਪਲੇਸ ਤੇ ਤੁਸੀਂ ਸਫਰ ਕਰ ਰਹੇ ਹੋ ਨਾ ਮੰਨ ਲਓ ਬੱਸ 'ਚ ਆ ਜੇ ਤੁਸੀਂ ਨੱਕ ਤੋਂ ਥੱਲੇ ਚੈਕਿੰਗ ਹੁੰਦੀ ਆ ਟ੍ਰੇਨਾਂ ਦੇ ਵਿੱਚ ਖਾਸ ਕਰਕੇ ਠੀਕ ਹੈ ਜੇ ਨਹੀਂ ਕਿ ਆਪਾਂ ਨੂੰ ਅੱਗੇ ਦੀ ਅੱਗੇ ਜਾਣਕਾਰੀ ਆਪਾਂ ਕੱਢੀ ਆ ਜਾਂ ਆਪਾਂ ਨੂੰ ਮਿਲੀ ਆ ਕਿਸੇ ਦੋਸਤ ਤੋਂ ਹਨਾ ਕਿ ਤੁਸੀਂ ਨੱਕ ਤੋਂ ਥੱਲੇ ਮਾਸਕ ਰੱਖਦੇ ਹੁੰਦਾ ਤੁਹਾਨੂੰ ਫੈਨ ਪੈ ਸਕਦਾ ਜੇ ਤੁਹਾਨੂੰ ਪੁਲਿਸ ਨੇ ਪਕੜ ਲਿਆ ਇਹ ਤੁਸੀਂ ਆਪ ਦਾ ਖਿਆਲ ਰੱਖਣਾ ਹਨ ਹਰ ਪਬਲਿਕ ਪਲੇਸ ਤੇ ਬਾਕੀ ਦੋਸਤੋ ਹੋਰ ਵੀ ਜਿਹੜੀ ਵੀ ਜੇ ਦੀ ਅਪਡੇਟ ਆ ਜਾਂ ਤੁਸੀਂ ਪੁੱਛਦੇ ਰਹਿੰਦੇ ਹੋ ਜਾਂ ਤੁਹਾਡੇ ਮੈਸੇਜਾਂ ਦਾ ਰਿਪਲਾਈ ਆ ਉਹ ਕੋਈ ਗੱਲ ਨਹੀਂ ਆਪਾਂ ਕਰਦੇ ਹਾਂ ਕਦੇ ਆਪਣੇ ਜੀ ਆਪਾਂ ਥੋੜੇ ਬਿਜੀ ਹੋ ਜਾਂਦੇ ਹਾਂ ਹਨ ਦਿਨਾਂ 'ਚ ਬਾਕੀ ਤੁਹਾਨੂੰ ਹੋਰ ਜਾਣਕਾਰੀ ਵੀ ਅਗਲੀਆਂ ਵੀਡੀਓ 'ਚ ਮੈਂ ਦਿੰਦਾ ਰਹੂੰਗਾ ਤੇ ਆ ਵੀਰ ਬਣ ਕੇ ਜਿੰਨਾ ਵੀ ਵੀਰਾਂ ਨੂੰ ਹੋਇਆ ਵਾ ਘਬਰਾਉਣ ਦੀ ਗੱਲ ਨਹੀਂ ਠੀਕ ਹੈ ਨਾਰਮਲੀ ਫਲੂ ਹੈ ਇੱਕ ਤਰ੍ਹਾਂ ਦਾ ਕੋਈ ਐਡਾ ਨਹੀਂਗਾ ਜਿਹਨੂੰ ਮੇਜਰ ਜ਼ਿਆਦਾ ਪ੍ਰੋਬਲਮ ਹੋ ਉਹਦੇ ਲਈ ਸੀਰੀਅਸ ਕੰਡੀਸ਼ਨ ਆ ਵੀ ਬੈਲਟੀਨੇਟਰ ਦੀ ਲੋਡ ਪੈਂਦੀ ਹੈ ਜਾਂ तकरीबन ਆਪਣੇ ਬੰਦਿਆਂ ਨੂੰ ਨਹੀਂ ਪਈ ਤੇ तकरीबन ਪਹਿਲਾ ਮੁੰਡਾ ਜਿਹੜੇ ਹਸਪੀਟਲ ਜ਼ਰੂਰ ਰੱਖੇ ਸੀ ਹੁਣ ਸਾਡੀ ਕੰਪਨੀ ਉਹਨਾਂ ਦਾ ਸਿਰਫ ਇੱਕ ਕੋਰੋਟਿਨ ਕੀਤੇ ਵੇ ਆ ਅਲੱਗ ਸੈਪਰੇਟ ਠੀਕ ਹੈ ਹੋਟਲ ਦੇ ਵਿੱਚ ਤੇ ਅਸੀਂ ਅਲੱਗਾਂ ਉਹਨਾਂ ਤੋਂ ਅਸੀਂ ਅਲੱਗ ਕੋਰੋਟਿਨ ਕੀਤਾ ਵਾ ਜਿਹੜੇ ਪੇਸ਼ੈਂਟ ਹੋ ਹਰੇਕ ਨੂੰ ਇੱਕ ਇੱਕ ਰੂਮ ਲਈ ਇੱਕ ਇੱਕ ਬੰਦੇ ਨੂੰ ਰੱਖਿਆ ਵਾ ਉਹਨਾਂ ਨੂੰ ਮੈਡੀਸਨ ਜਾਂ ਖਾਣ ਪੀਣ ਦਾ ਸਮਾਨ ਕੰਪਨੀ ਮਹਈਆ ਕਰ ਰਹੀ ਹੈ ਸੇਮ ਹੀ ਤਕਰੀਬਨ ਹੋਰ ਕੰਪਨੀਆਂ 'ਚ ਵੀ ਹੋਏ ਹੋ ਕੇ ਬਾਕੀ ਜਿਵੇਂ ਵੀ ਤੁਸੀਂ ਵੀਡੀਓ ਦੇਖੋਗੇ ਤੁਹਾਡੀ ਕੰਪਨੀ ਨਹੀਂ ਕੇਅਰ ਕਰ ਰਹੀ ਜਿਦਾ ਤੱਕ ਤੁਸੀਂ ਕਮੈਂਟ ਕਰ ਸਕਦੇ ਹੋ ਤੇ ਉਹਦੇ ਲਈ ਕੀ ਹੱਲ ਆ ਜਾਂ ਕੁਝ ਹੋਇਆ ਤਾਂ ਆਪਾਂ ਜਿੰਨੀ ਕ ਆਪਾਂ ਨੂੰ ਪਤਾ ਲੱਗਿਆ ਕਿਸੇ ਨਾਲ ਰਿਸਕਲਾ ਕਰਕੇ ਆਪਾਂ ਤੁਹਾਨੂੰ ਸੰਭਵ ਕਿੱਦਾਂ ਹੋ ਸਕਦਾ ਮਨ ਉਹਦੇ ਬਾਰੇ ਵੀ ਜਾਣਕਾਰੀ ਦੇ ਦਾਂਗੇ ਆਪਾਂ ਤੁਹਾਨੂੰ ਜਾਂ ਕਮੈਂਟ ਦਾ ਰਿਪਲਾਈ ਕਰ ਦਾਂਗੇ ਬਾਕੀ ਵੀਰੇ ਸਾਵਧਾਨੀ ਆਪਣੀ ਵਰਤੋ ਜਰੂਰ ਕਿਉਂਕਿ ਪ੍ਰੋਬਲਮ ਹੈ ਜਿਹੜੀ ਇੱਥੇ ਹੁਣ ਵਧੀ ਵੀ ਆ ਪਹਿਲਾਂ ਨਾਲੋਂ ਕਿਉਂਕਿ ਪਹਿਲਾਂ ਇੰਨੀ ਪ੍ਰੋਬਲਮ ਹੈ ਨਹੀਂ ਸੀ ਇੱਥੇ April ਦੇ ਵਿੱਚ March April ਦੇ ਵਿੱਚ ਪਰ ਜ਼ਿਆਦਾ ਹੁਣ ਆਈ ਆ ਤੇ ਆਪ ਦਾ ਖਿਆਲ ਰੱਖੋ ਨਾ ਧੰਨਵਾਦ ਦੋਸਤੋ